डेरा बस्ती के विधायक कुलजीत सिंह रंधावा एएनबी न्यूज से खास बातचीत उन्होंने की। इस दौरान उन्होंने विधानसभा में डेरा बस्ती जीरकपुर की सड़कों की खस्ता हालत को लेकर मामला उठाया था। इसी मुद्दे को लेकर उन्होंने विधानसभा में यह मांग की थी कि जल्द से जल्द सड़कें बनाई जाए, लोगों को काफी दिक्कतें आ रही है। वही जब एएनबी न्यूज ने बस्ती पठाना के विधायक रूपेंद्र सिंह हैप्पी के साथ बातचीत की तो उन्होंने कहा कि हमने इलाके में एक कॉलेज को अपग्रेड करने का मामला विधानसभा में उठाया है। मेहली से सरहद जा रही सड़क को 4 लेन करने का भी हमने मामला विधानसभा में उठाया है। पंजाब विधानसभा का दूसरा सैशन चल रहा है, उदे च डेरा बस्ती दे विधायक कुलजीत सिंह रंधावा जी ने कुछ मुद्दे चके ने, उन्होंने गलबात करते हैं। रंधावा जी, अज तुसी अपने एरिया नूं लेके सड़क का मामला चुके? विधानसभा जिहड़ा सदन है, इहदे विच जे तुसी आके अपने हल्के दीआं मंगां नूं ना चको, फिर असीं चाह पकौड़े खाण तां छोटे वीर इत्थे आए ने। मैनू मेरे हल्के दे विच लगभग 12-13-14 लाख की आबादी हो चुकी है, लगभग 3.5-4 लाख वोट हो चुके हुण तक। और मेरे डेरा बस्सी हल्के दे लोग उम्मीद करते हो कि साडा चुनिया हुआ विधायक जाके उत्थे कितें चाह पानी पी कितने मुड़े आउंदा, घट्टो घट्ट साडे हल्के की मंग रखता कि नहीं। जिवें कल मैं ट्रांसपोर्टरां दा मुंडा चक्किया सीगा पंजाब दा स्टेट प्रेजिडेंट होण नाते, अज जिहड़ा सीगा मेरे हल्के दे विच ਬਿਜਲੀ ਨੂੰ ਲੈ ਕੇ, PWD ਦੀਆਂ ਸੜਕਾਂ ਨੂੰ ਲੈ ਕੇ ਬਹੁਤ ਮਾੜੀ ਹਾਲਤ ਹੈ, ਕਿਉਂਕਿ ਸ਼ੰਭੂ ਬੰਦ ਹੋਣ ਤੋਂ ਬਾਅਦ ਜਿੰਨਾ ਹੈਵੀ ਪ੍ਰੈਸ਼ਰ ਸੀ ਟ੍ਰੈਫਿਕ ਦਾ, ਉਹ ਡੇਰਾ ਬੱਸੀ ਹਲਕੇ ਲਾੜੂ ਜ਼ੀਰਕਪੁਰ ਵਾਲੇ ਪਾਸੇ ਡੇਰਾ ਬੱਸੀ ਨਾਲ ਲਾੜੂ ਏਰੀਏ ਦੇ ਵਿੱਚ ਕੋਈ ਵੀ PWD ਦੀ ਸੜਕ ਨਹੀਂ ਰਹੀ, ਟੁੱਟੀਆਂ ਪਈਆਂ ਸੜਕਾਂ, 2.5-2.5 ਫੁੱਟ ਡੂੰਘੇ ਹੋ ਗਏ, ਕਿਉਂਕਿ ਉਹ ਕਿਸਾਨਾਂ ਨੇ ਉੱਥੇ ਧਰਨਾ ਦਿੱਤਾ ਹੋਇਆ। ਉਸ ਧਰਨੇ ਕਰਕੇ ਸਾਰਾ ਹੈਵੀ ਟ੍ਰੈਫਿਕ ਜਿੰਨਾ ਪੰਜਾਬ ਦਾ ਉਹ ਡੇਰਾ ਬੱਸੀ ਹਲਕੇ 'ਚ ਪੈ ਗਿਆ। ਇਸ ਕਰਕੇ ਅੱਜ ਮੈਂ ਮਾਨਯੋਗ ਆਪਣੇ ਮੰਤਰੀ ਸਾਹਿਬ ਨੂੰ ਯਾਦ ਕਰਾਇਆ ਸੀ ਜੀ, 2.5 ਸਾਲ ਸਰਕਾਰ ਬਣੀ ਨੂੰ ਹੋ ਗਏ ਅਤੇ ਹੁਣ ਹਲਕੇ ਵੱਲ ਧਿਆਨ ਥੋੜ੍ਹਾ ਜਿਹਾ ਕਰੀਏ। ਇੱਕ ਹੋਰ ਵੀ ਹੈ ਜੀ, ਉੱਥੇ ਪੂਰੇ ਏਰੀਏ ਦੀ ਸੁਰੱਖਿਆ ਨੂੰ ਲੈ ਕੇ ਪਿੱਛੇ ਪਤਾ ਕਰ ਰਹੇ ਸੀ, ਕਹਿੰਦੇ ਸਿਰਫ ਇੱਕ PCR ਹੈਗੀ ਹੈ, ਉਹ ਵੀ ਵਧਾਉਣ ਦੀ ਬਹੁਤ ਜ਼ਰੂਰਤ ਹੈ, ਇਹ ਸੁਰੱਖਿਆ ਲੈ ਕੇ ਉਹਦੇ ਬਾਰੇ ਦੋ ਚੀਜ਼ਾਂ ਨੇ ਜੀ। ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸੜਕ ਸੁਰੱਖਿਆ ਫੋਰਸ ਆ ਕਿੰਨੇ ਜਿਹੜੀਆਂ ਬਣਾਈਆਂ, ਸਾਰੇ ਡੇਰਾ ਬੱਸੀ ਹਲਕੇ 'ਚ ਕਿ ਪੰਜਾਬ ਆਲ ਓਵਰ ਪੰਜਾਬ ਹੀ ਨਵੀਆਂ ਸਕੋਰਪੀਓ ਗੱਡੀਆਂ ਦਿੱਤੀਆਂ ਨੇ ਪੁਲਿਸ ਸਟੇਸ਼ਨਾਂ ਦੇ ਵਿੱਚ, ਕਈ ਜਗ੍ਹਾ ਉਹਨਾਂ ਦੀ ਸਿਕਿਉਰਿਟੀ ਲਈ ਗੱਡੀਆਂ ਦਿੱਤੀਆਂ। ਔਰ ਦੇਖੋ, ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਤੱਕ ਕਿਸੇ MLA ਨੂੰ ਸਿਕਿਉਰਿਟੀ ਲਈ ਗੱਡੀ ਨਹੀਂ ਮਿਲੀ, ਅੱਜ ਤਕਰੀਬਨ ਹਰ ਇੱਕ MLA ਨੂੰ ਨਵੀਂ ਗੱਡੀ CM ਸਾਹਿਬ ਨੇ ਲੈ ਕੇ ਦਿੱਤੀ ਹੈ। ਔਰ ਮੈਂ ਕਹਿੰਦਾ ਇਹੋ ਜਿਹੇ ਵਿਜ਼ਨੀ CM ਸਾਹਿਬ ਜਿਹੜੇ ਪੰਜਾਬ ਦਾ ਕਿਸਾਨ ਪੁੱਤ ਹੈ, ਪੰਜਾਬ ਦੇ ਕਿਸਾਨਾਂ ਨੂੰ, ਟਰਾਂਸਪੋਰਟਰਾਂ ਨੂੰ, ਵਪਾਰੀ ਕਰਮਚਾਰੀਆਂ ਨੂੰ, ਔਰ ਜਿੰਨੀ ਇੰਡਸਟਰੀ ਵੱਧ ਤੋਂ ਵੱਧ ਇੱਥੇ ਪੰਜਾਬ ਦੇ ਵਿੱਚ ਆਈ ਹੈ ਉਹਦਾ ਸਿਹਰਾ ਭਗਵੰਤ ਸਿੰਘ ਮਾਨ ਜੀ ਨੂੰ ਜਾਂਦਾ, ਔਰ ਇਸ ਟੀਮ ਹੈ, ਟੀਮ ਵਰਕ ਹੈ। ਜ਼ੀਰਕਪੁਰ ਦਾ ਪੁੱਲ ਨੂੰ ਲੈ ਕੇ ਵੀ ਬੜੀ ਦੇਰ ਤੋਂ ਲਟਕਿਆ ਪਿਆ ਮਾਮਲਾ, ਉਹਨੂੰ ਲੈ ਕੇ ਕੀ? ਇਹ NHAI ਦੇ ਮਸਲੇ ਹੈਗੇ ਨੇ, ਪੰਜਾਬ ਗਵਰਨਮੈਂਟ ਇਹਨਾਂ ਦੀ ਕੋਈ ਸਿੱਧੀ ਸ਼ਮੂਲੀਅਤ ਨਹੀਂ ਹੁੰਦੀ। ਇਹ ਸੜਕ ਜਿਹੜਾ ਫਲਾਈਓਵਰ ਹੈ NHAI ਨੇ ਨਾ ਹੀ ਨੇ ਬਣਾਉਣਾ, ਉਹ ਲੱਗੇ ਹੋਏ ਨੇ। ਮੈਨੂੰ ਉਮੀਦ ਹੈ ਕਿ ਆਉਣਾ 6 ਮਹੀਨਿਆਂ 'ਚ ਕੰਪਲੀਟ ਹੋ ਗਿਆ। ਜਿੱਥੇ ਪੰਜਾਬ ਨਾਲ ਜੁੜੀਆਂ ਸੜਕਾਂ ਨੇ, ਸਾਡੇ ਮੁੱਖ ਮੰਤਰੀ ਸਾਹਿਬ ਔਰ ਮੈਂ ਮਿਲਿਆ 2 ਵਾਰ, ਸੜਕਾਂ ਦੀ ਚਿੰਤਾ ਵੀ ਕੀਤੀ ਹੈ, ਆਪਣੀ ਗੱਲ ਜ਼ਾਹਰ ਕੀਤੀ ਉਹਨਾਂ ਨੇ, CM ਸਾਹਿਬ ਨੇ ਭਰੋਸਾ ਦਵਾਇਆ ਵੀ ਜਿੰਨੀਆਂ ਵੀ ਸੜਕਾਂ ਓਵਰਲੋਡ ਟਰੱਕਾਂ ਕਰਕੇ ਜਾਂ ਜਿਹੜਾ ਪੰਜਾਬ ਦਾ ਟ੍ਰੈਫਿਕ ਇੱਧਰ ਆਇਆ ਉਹ ਜਲਦੀ ਤੁਹਾਨੂੰ ਠੀਕ ਕਰਕੇ ਦਿੱਤੇ ਜਾਣਗੇ। ਸਾਡੇ ਨਾਲ ਗੱਲ ਕਰ ਲਈ, ਤੁਹਾਡਾ ਬਹੁਤ ਬਹੁਤ ਥੈਂਕ ਯੂ ਸੋ ਮਚ। ਇਹ ਸੀਗੇ ਸਾਡੇ ਨਾਲ ਗੱਲ ਕਰੇ ਕੁਲਜੀਤ ਸਿੰਘ ਰੰਧਾਵਾ ਜੀ, ਜਿਹੜੇ ਦੱਸ ਰਹੇ ਸੀਗੇ ਵੀ ਜ਼ੀਰਕਪੁਰ ਔਰ ਡੇਰਾ ਬੱਸੀ ਦੇ ਵਿੱਚ ਜਿਹੜੀਆਂ ਕੁਝ ਸਮੱਸਿਆ ਨੇ ਉਹਨੂੰ ਲੈ ਕੇ ਵਿਧਾਨ ਸਭਾ ਚੰਨ ਨੇ ਮਾਮਲਾ ਚੱਕਿਆ ਔਰ ਜਲਦੀ ਇਹਨਾਂ ਦਾ ਸਮਾਧਾਨ ਹੁੰਦਾ ਹੈ। ਮੇਰੇ ਕੈਮਰਾਮੈਨ ਰਕੇਸ਼ ਦੇ ਨਾਲ, ਮੈਂ ਮਨਜੀਤ ਸਹਿਦੇਵ, ਏਐਨਬੀ ਨਿਊਜ਼, ਵਿਧਾਨ ਸਭਾ ਚੰਡੀਗੜ੍ਹ। ਸਰ, ਵਿਧਾਨ ਸਭਾ 'ਚ ਤੁਸੀਂ ਐਜੂਕੇਸ਼ਨ ਨੂੰ ਲੈ ਕੇ ਮੁੱਦਾ ਚੱਕਿਆ, ਉਹਨੂੰ ਕੀ ਕਹਿਣਾ ਚਾਹੋਗੇ, ਕੀ ਮਾਮਲਾ ਹੈ? ਜੀ ਬਿਲਕੁਲ, ਐਜੂਕੇਸ਼ਨ ਜਿਹੜੀ ਆ ਉਹ ਇੰਪੋਰਟੈਂਟ ਆ ਸਾਡੇ ਲਈ ਬਹੁਤ ਜ਼ਿਆਦਾ, ਅਤੇ ਸਾਡੀ ਸਰਕਾਰ ਜਿਹੜੀ ਇਹਦੇ 'ਤੇ ਬਹੁਤ ਕੰਮ ਕਰ ਰਹੀ ਹੈ। ਸੋ ਐਜੂਕੇਸ਼ਨ ਦੇ ਮੁੱਦੇ 'ਤੇ ਬੋਲਣਾ ਜ਼ਰੂਰੀ ਬਣਦਾ ਸੀ। ਸਾਡੇ ਕਾਲਜ ਚੁੰਨੀ ਕਲਾਂ ਦੇ ਵਿੱਚ ਗੌਰਮੈਂਟ ਕਾਲਜ ਹੈਗਾ ਆਪਣੇ, ਉਹ ਗੌਰਮੈਂਟ ਕਾਲਜ ਦੇ ਜਿਹੜੀ 15 ਕੁ ਸਾਲ ਹਜੇ ਉਹਨੂੰ ਬਣੇ ਨੂੰ ਹੋਏ ਨੇ। ਮੈਂ ਗਿਆ ਸੀ, ਟੀਚਰਸ ਨੂੰ ਮਿਲਿਆ ਸੀ, ਪਰ ਉਹ ਕਹਿੰਦੇ ਵੀ ਥੋੜ੍ਹੀ ਕਾਲਜ ਦੀ ਹਾਲਤ ਜਿਹੜੀ ਉਹ ਖਸਤਾ ਹੁੰਦੀ ਜਾ ਰਹੀ ਹੈ। ਉਹਦੇ ਲਈ ਸਰਕਾਰ ਤੋਂ ਫੰਡਸ ਦੀ ਮੰਗ ਕੀਤੀ ਹੈ, ਕਿਉਂਕਿ ਉੱਥੇ 800 ਦੇ ਕਰੀਬ ਸਟੂਡੈਂਟ ਹੈਗਾ,
ਅਤੇ ਸਾਰੇ ਤਕਰੀਬਨ ਗਰੀਬ ਘਰਾਂ ਦੇ ਨਾਲ ਮਤਲਬ ਰਿਲੇਟ ਕਰਦੇ ਨੇ ਸਟੂਡੈਂਟ, ਅਤੇ ਆਪਾਂ ਚਾਹੁੰਦੇ ਹਾਂ ਕਿ ਉਹਨਾਂ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਅਤੇ ਉਹਨਾਂ ਨੂੰ ਉਹਨਾਂ ਦੇ ਇਨਫਰਾਸਟ੍ਰਕਚਰ ਦੇ ਵਿੱਚ ਕੋਈ ਕਮੀ ਨਾ ਛੱਡੀ ਜਾਵੇ, ਉਹਨਾਂ ਨੂੰ ਅੱਛਾ ਮਾਹੌਲ ਜਿਹੜਾ ਉਹ ਮਿਲੇ। ਉੱਥੇ 14 ਏਕੜ ਦੇ ਕਰੀਬ ਜਿਹੜਾ ਕੈਂਪਸ ਹੈਗਾ, ਪਰ ਥੋੜ੍ਹਾ ਦੂਰ ਹੋਣ ਕਰਕੇ ਲਾ ਲਓ ਰੋਡ ਤੋਂ, ਜਾਂ ਉੱਥੇ ਲੋਕਾਂ ਦਾ ਅਪਰੋਚ ਘੱਟ ਹੋਣ ਕਰਕੇ ਲਾ ਲਓ, ਉਹਦੀ ਅਣਦੇਖੀ ਕੀਤੀ ਹੋਈ ਆ। ਸੋ ਉਹਦੇ ਬਾਰੇ ਬੋਲਣਾ ਮੇਰਾ ਜ਼ਰੂਰੀ ਬਣਦਾ ਸੀਗਾ। ਇਹ ਇੱਕ ਇੱਦਾਂ ਦਾ ਇੰਸਟੀਟਿਊਟ ਹੈ ਜਿੱਥੇ ਹਰ ਬੱਚਾ ਜਾ ਕੇ ਦਾਖਲਾ ਲੈ ਸਕਦਾ। ਪ੍ਰਾਈਵੇਟ ਜਿਹੜੇ ਕਾਲਜਸ ਨੇ, ਜੇ ਅਸੀਂ ਉਹਨਾਂ ਨੂੰ ਕੰਪੀਟ ਕਰਨਾ, ਉਹਨਾਂ ਦਾ ਮੁਕਾਬਲਾ ਕਰਨਾ, ਤਾਂ ਸਾਨੂੰ ਆਪਣੇ ਗਵਰਨਮੈਂਟ ਦੇ ਕਾਲਜ ਜਿਹੜੇ ਆ ਉਹ ਬਹੁਤ ਵਧੀਆ ਤਰੀਕੇ ਨਾਲ ਬਣਾਉਣੇ ਪੈਣਗੇ। ਸੋ ਇਹ ਬਣਿਆ ਹੋਇਆ ਹੈਗਾ ਆਲਰੇਡੀ, ਇਹਦੀ ਜਿਹੜੀ ਮੁਰੰਮਤ ਆ ਜਾਂ ਇਹਦੀ ਜਿਹੜੀ ਬਿਊਟੀਫਿਕੇਸ਼ਨ ਆ ਉਹਦੇ ਲਈ ਵੀ ਸੋਚਣ ਦੀ ਲੋੜ ਆ। ਮੈਂ ਇਹਨਾਂ ਨੂੰ ਵੀ ਕਿਹਾ ਸੀ ਟੀਚਰਸ ਨੂੰ, ਮੈਂ ਕਿਹਾ ਜੋ ਜੋ ਤੁਹਾਨੂੰ ਚੀਜ਼ ਦੀ ਲੋੜ ਆ ਉਹ ਤਾਂ ਸਾਨੂੰ ਦਿਓ ਲਿਖਤੀ, ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਵਾਂਗੇ। ਤੁਹਾਡਾ ਜਿਹੜਾ ਏਰੀਆ ਉਹ ਬਿਲਕੁਲ ਮੋਹਾਲੀ ਦੇ ਨਾਲ ਲੱਗਦਾ ਹੈ ਔਰ ਪੂਰਾ ਏਰੀਆ ਡਿਵੈਲਪ ਹੋ ਰਿਹਾ, ਡੇ ਬਾਈ ਡੇ ਉੱਥੇ ਪਾਪੂਲੇਸ਼ਨ ਵੀ ਵੱਧ ਰਹੀ ਹੈ, ਉਹਦੇ ਅੱਗੇ ਵਧਾਉਣ ਵਾਸਤੇ ਜਾਂ ਉਹਨੂੰ ਇੰਫਰਾਸਟ੍ਰਕਚਰ ਵਧਾਉਣ ਵਾਸਤੇ ਕੀ? ਬਿਲਕੁਲ ਜੀ, ਪਹਿਲਾਂ ਤਾਂ ਦੇਖੀਏ ਬੜੀ ਅੱਛੀ ਗੱਲ ਹੈਗੀ ਹੈ ਕਿ ਆਪਾਂ ਮੋਹਾਲੀ ਦੇ ਚੰਡੀਗੜ੍ਹ ਦੇ ਨੇੜੇ ਹੋਣ ਕਰਕੇ ਜਿਹੜਾ ਏਰੀਆ ਜਿਹੜਾ ਵੱਧ ਰਿਹਾ, ਡਿਵੈਲਪ ਹੋ ਰਿਹਾ। ਸੋ ਆਪਾਂ ਮੈਂ ਕੁਐਸਚਨ ਵੀ ਲਾਇਆ ਸੀ, ਸ਼ਾਇਦ ਦੇਖਦੇ ਹਾਂ ਕੱਲ੍ਹ ਆਉਂਦਾ ਜਾਂ ਮਤਲਬ ਕਿਵੇਂ ਹੁੰਦਾ, ਉਹਦੇ 'ਚ ਮੈਂ ਵੀ ਪ੍ਰੋਵੀਜ਼ਨ ਪਾਈ ਹੈ ਕਿ ਚੁੰਨੀ ਨੂੰ ਆਪਾਂ 4 ਮਾਰਗੀ ਕੀਤਾ ਜਾਵੇ ਰਸਤੇ ਨੂੰ, ਕਿਉਂਕਿ ਤਾਂ ਕਰਕੇ ਲੋਕ ਜਿਹੜੇ ਨੇ ਉੱਥੇ ਸਹੀ ਰਹੇ। ਜੇ ਕਿਤੇ ਫਲਾਈਓਵਰ ਲੰਘ ਗਿਆ ਜਾਂ ਬਾਈਪਾਸ ਲੰਘ ਗਿਆ ਤਾਂ ਸਾਡੇ ਜਿਹੜਾ ਚੁੰਨੀ ਬਡਾਲੀ ਏਰੀਆ ਜਿਹੜਾ ਵਾ ਉਹ ਉੱਥੇ ਉਹਨਾਂ ਰੋਜ਼ੀ ਰੋਟੀ ਦੇ ਲਾਲੇ ਪੈ ਜਾਣਗੇ। ਸੋ ਇਸ ਕਰਕੇ ਮੈਂ ਚਾਹੁੰਦਾ ਕਿ ਆਪਾਂ ਉਹਨੂੰ 4 ਮਾਰਗੀ ਬਣਾ ਕੇ ਉੱਥੋਂ ਲੰਘ ਕਰ ਦਿੱਤਾ ਜਾਵੇ ਅਤੇ ਟ੍ਰੈਫਿਕ ਦੀ ਕੋਈ ਸਮੱਸਿਆ ਨਾ ਆਵੇ, ਅਤੇ ਉਹ ਜਿਹੜਾ ਹੋਰ ਜ਼ਿਆਦਾ ਡਿਵੈਲਪ ਜਿਹੜਾ ਏਰੀਆ ਹੋਊਗਾ ਉਹਦੇ ਲਈ ਵੀ ਮੈਂ ਬੇਨਤੀ ਕਰੂੰਗਾ ਸੀਐਮ ਸਾਹਿਬ ਨੂੰ, ਉਹਦੇ ਲਈ ਵੀ ਅਸੀਂ ਕੰਮ ਕਰ ਰਹੇ ਹੈਗੇ। ਅਤੇ ਹੈਲਥ ਨੂੰ ਲੈ ਕੇ ਵੀ ਇਸ਼ੂ ਹੈ, ਵੀ ਹੈਲਥ ਦਾ ਕੋਈ ਚੰਗਾ ਉੱਥੇ ਪ੍ਰੋਵੀਜ਼ਨ ਨਹੀਂ ਹੈਗਾ ਜਾਂ ਕੋਈ ਵੱਡਾ ਹੋਸਪਿਟਲ ਨਹੀਂ ਹੈ ਉੱਥੇ, ਪਾਪੂਲੇਸ਼ਨ ਡੇ ਬਾਈ ਡੇ ਵੱਧ ਰਹੀ ਹੈ? ਜੀ ਬਿਲਕੁਲ, ਅਸੀਂ ਦੇਖੋ ਸਾਡੇ ਜਿਹੜੇ ਇਹਦੇ ਲਈ ਵੀ ਮੈਂ ਗੱਲ ਕੀਤੀ ਹੋਈ ਹੈ ਕਿ ਆਪਾਂ ਉੱਥੇ ਕੀ ਦੇ ਸਕਦੇ ਹਾਂ, ਅੱਛਾ ਜਿਹੜਾ ਆਪਾਂ ਹੈਲਥ ਸੈਂਟਰ ਜਿਹੜਾ ਵੀ ਬਣਾ ਸਕਦੇ ਹਾਂ ਜੇ ਹੋਸਪਿਟਲ ਦੀ ਹੋਈ ਉਹ ਦੇਖ ਲਾਂਗੇ, ਕਿਉਂਕਿ ਸੈਂਪਲੀ ਸਾਹਿਬ ਇੱਕ ਆਇਆ ਵੀ ਸੀਗਾ, ਉਹ ਮੈਂ ਉਹਦਾ ਰਿਕਾਰਡ ਜਿਹੜਾ ਘੜਾ ਰਿਹਾ ਹੈਗਾ। ਸੋ ਦੇਖ ਲੈਂਦੇ ਜਿਵੇਂ ਵੀ ਹੋਏਗਾ, ਉੱਥੇ ਲੋੜ ਵੀ ਹੈਗੀ ਹੈ, ਦੇਖੋ ਇਸ ਟਾਈਮ ਨੀਡ ਹੈਗੀ ਹੈ, ਸੋ ਜ਼ਰੂਰ ਬਣਾ ਕੇ ਦੇਵਾਂਗੇ ਬੜੀ ਜਲਦੀ। ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਹ ਸੀਗੇ ਸਾਡੇ ਨਾਲ ਡੇਰਾ ਬੱਸੀ ਦੇ ਵਿਧਾਇਕ ਰੁਪਿੰਦਰ ਜੀ, ਜਿਹੜੇ ਗੱਲਬਾਤ ਕਰ ਰਹੇ ਸੀਗੇ ਵੀ ਅੱਗੇ ਕੀ ਹੋਏਗਾ, ਔਰ ਵਿਧਾਨ ਸਭਾ 'ਚ ਇਹਨਾਂ ਨੇ ਐਜੂਕੇਸ਼ਨ ਨੂੰ ਲੈ ਕੇ ਉੱਧਰ ਏਰੀਆ ਦੀ ਡਿਵੈਲਪਮੈਂਟ ਨੂੰ ਲੈ ਕੇ ਕਈ ਮਾਮਲੇ ਚੱਕੇ ਨੇ, ਆਉਣ ਵਾਲੇ ਦਿਨਾਂ 'ਚ ਉੱਥੇ ਕੁਝ ਪ੍ਰੋਗਰੈਸ ਜਿਹੜੀ ਦਿਖੇਗੀ। ਕੈਮਰਾਮੈਨ ਰਾਕੇਸ਼ ਦੇ ਨਾਲ ਮੈਂ ਮਨਜੀਤ ਸਹਿਦੇਵ, ANB ਨਿਊਜ਼, ਵਿਧਾਨ ਸਭਾ, ਚੰਡੀਗੜ੍ਹ।